ਸਸ਼ੀ ਕਾਲ ਜੀ ਮੈਂ ਕੁਲਵਿੰਦਰ ਢਿੱਲੋਂ ਐਕਸਪਰਟ ਕੈਰੀਅਰ ਕੰਸਲਟੈਂਟ ਮੁਹਾਲੀ ਤੋਂ ਲਗਾਤਾਰ ਤੁਸੀਂ ਸਾਡੀ ਵੀਡੀਓਜ਼ ਨੂੰ ਪਿਆਰ ਦੇ ਰਹੇ ਹੋ ਅਸੀਂ ਕੈਨੇਡਾ ਦੇ ਇਨਫੋਰਮੇਸ਼ਨ ਦੇ ਰਿਲੇਟਿਡ ਕੈਨੇਡਾ ਵੀਜ਼ਾ ਪ੍ਰੋਸੈਸ ਦੇ ਰਿਲੇਟਿਡ ਜਾਂ ਕੈਨੇਡਾ ਦੇ ਕਾਲਜਸ ਦੇ ਰਿਲੇਟਿਡ ਵੀਡੀਓਜ਼ ਲੈ ਕੇ ਆਉਣੇ ਆ ਅੱਜ ਦੀ ਸਾਡੀ ਵੀਡੀਓ ਦਾ ਟਾਪਿਕ ਹੈ ਰਿਫਿਊਜ਼ਲ ਆ ਰਹੀ ਹੈ ਜਿਹੜੇ ਬੱਚਿਆਂ ਦੀ ਪਹਿਲਾਂ AIP ਅਪਰੂਵਲ ਹੋ ਗਏ ਸੀ ਜਿੰਨਾਂ ਬੱਚਿਆਂ ਨੇ ਆਨਲਾਈਨ ਸਟੱਡੀ ਸਟਾਰਟ ਕਰਤੀ ਸੀ ਉਸ ਤੋਂ ਬਾਅਦ ਵੀ ਕਾਫੀ ਬੱਚਿਆਂ ਦੀ ਰਿਫਿਊਜ਼ਲ ਆ ਰਹੀ ਹੈ ਤਾਂ ਇਸ ਰਿਫਿਊਜ਼ਲ ਦੇ ਕੀ ਕਾਰਨ ਨੇ ਤੇ ਉਹਨਾਂ ਬੱਚਿਆਂ ਲਈ ਫਿਊਚਰ ਦੇ ਵਿੱਚ ਕਿਸ ਤਰ੍ਹਾਂ ਦੀਆਂ ਆਪਸ਼ਨਸ ਹੈਗੀਆਂ ਤਾਂ ਜਿਹੜੀ ਮੇਜਰ ਰਿਫਿਊਜ਼ਲ ਆ ਰਹੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਐਲੀਜੀਬਿਲਟੀ ਕ੍ਰਾਈਟੇਰੀਆ ਦੇ ਬਿਹਾਫ ਤੇ ਰਿਫਿਊਜ਼ਲ ਕੀਤੀ ਜਾ ਰਹੀ ਹੈ ਤਾਂ ਇਹ ਸਾਡੇ ਲਈ ਵੀ ਕਿਤੇ ਨਾ ਕਿਤੇ ਇੱਕ ਬਹੁਤ ਵੀ ਕੰਸਰਨ ਦੀ ਗੱਲ ਸੀ ਵੀ ਜਿਹੜੇ ਬੱਚਿਆਂ ਦੀ ਰਿਫਿਊਜ਼ਲ ਆ ਰਹੀ ਹੈ ਬਾਈ ਗॉड ਗ੍ਰੇਸ ਸਾਡੀ ਕੰਪਨੀ ਦੀ ਹਜੇ ਤੱਕ AIP ਤੋਂ ਬਾਅਦ ਕੋਈ ਰਿਫਿਊਜ਼ਲ ਨਹੀਂ ਆਈ ਪਰ ਲਗਾਤਾਰ ਸਾਡੇ ਕੋਲੇ ਬੱਚਿਆਂ ਦੀ ਇਨਕੁਆਰੀਜ਼ ਆ ਰਹੀਆਂ ਹੈਗੀਆਂ ਬੱਚੇ ਆਪਣੇ ਰਿਫਿਊਜ਼ਲ ਲੈਟਰ ਸਾਡੇ ਨਾਲ ਸ਼ੇਅਰ ਕਰ ਰਹੇ ਹੈਗੇ ਆ ਤਾਂ ਸਾਨੂੰ ਉੱਤੋਂ ਦੇਖ ਕੇ ਪਤਾ ਲੱਗਦਾ ਵੀ ਜਿਹੜੀ ਰਿਫਿਊਜ਼ਲ ਆ ਰਹੀ ਹੈ ਉਹਦਾ ਕਿਤੇ ਨਾ ਕਿਤੇ ਜਿਹੜਾ ਬੇਸ ਹੈਗਾ ਉਹ एलिਜੀਬਿਲਟੀ ਕ੍ਰਾਈਟੇਰੀਆ ਦੇ ਬਿਹਾਫ ਤੇ ਰਿਫਿਊਜ਼ਲ ਕੀਤੀ ਜਾ ਰਹੀ ਹੈ ਜਦੋਂ ਕਿ ਪਹਿਲਾਂ ਸਾਰੀ ਕਮਿਟਮੈਂਟ ਇਹ ਕੀਤੀ ਜਾ ਰਹੀ ਸੀ ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਵੀ ਤੁਹਾਡੀ ਜਿਹੜੀ एलिਜੀਬਿਲਟੀ ਦਾ ਕ੍ਰਾਈਟੇਰੀਆ ਜੇ ਤੁਸੀਂ ਮੈਚ ਕਰਦੇ ਹੋ ਤਾਂ ਫਿਰ ਤੁਹਾਨੂੰ AIP ਦਿੱਤਾ ਜਾਊਗਾ ਤੇ ਸੈਕੰਡ ਅਣਗੇ ਐਡਮਿਸ਼ਨ ਬਿਲਟੀ ਫੈਕਟਰਸ ਦੇ ਵਿੱਚ ਇਹ ਚੀਜ਼ਾ ਵੀ ਤੁਹਾਡਾ ਬੈਕਗਰਾਉਂਡ ਚੈੱਕ ਹੋਣਾ ਸੀ ਤੁਹਾਡੇ ਬਾਇਓਮੈਟ੍ਰਿਕ ਹੋਣੇ ਸੀ ਤੁਹਾਡੇ ਮੈਡੀਕਲ ਹੋਣਾ ਸੀ ਤਾਂ ਇਹ ਗਰਾਉਂਡਸ ਦੇ ਉੱਤੇ ਹੁਣ ਬੱਚਿਆਂ ਨੂੰ ਏਆਈਪੀ ਤੋਂ ਬਾਅਦ ਰਿਫਿਊਜ਼ਲ ਨਹੀਂ ਦਿੱਤੀ ਜਾ ਰਹੀ ਬੱਚਿਆਂ ਨੂੰ ਜਿਹੜੀ ਰਿਫਿਊਜ਼ਲ ਦਿੱਤੀ ਜਾ ਰਹੀ ਹੈ ਉਹਨਾਂ ਦੇ ਐਲੀਜੀਬਿਲਟੀ ਦੁਬਾਰਾ ਰੀਚੈੱਕ ਕੀਤੀ ਜਾ ਰਹੀ ਹੈ ਹੁਣ ਇੱਕ ਬੱਚਾ ਨੇ ਇੱਕ ਸੈਮੈਸਟਰ ਦੀ ਸਟੱਡੀ ਕੰਪਲੀਟ ਕਰ ਲਈ ਉਸ ਤੋਂ ਬਾਅਦ ਏਆਈਪੀ ਤੋਂ ਬਾਅਦ ਬੱਚਿਆਂ ਦੀ ਰਿਫਿਊਜ਼ਲ ਆ ਰਹੀ ਹੈ ਤਾਂ ਬਹੁਤ ਵੱਡਾ ਕੰਸਰਨ ਹੈ ਤੇ ਬਹੁਤ ਇਨਜਸਟਿਸ ਬੱਚਿਆਂ ਦੇ ਨਾਲ ਹੋ ਰਿਹਾ ਹੈ ਤਾਂ ਕਿਤੇ ਨਾ ਕਿਤੇ ਇਹ ਚੀਜ਼ਾ ਵੀ ਇਹ ਤਾਂ ਇਹ ਚੀਜ਼ ਸਾਡੇ ਸਾਹਮਣੇ ਕਲੀਅਰ ਹੋ ਗਈ ਵੀ ਬੱਚਿਆਂ ਦੀ ਰਿਫਿਊਜ਼ਲ ਆ ਗਈ ਹੈ AIP ਤੋਂ ਬਾਅਦ ਤਾਂ ਬਹੁਤ ਕਾਫੀ ਕਾਲਜਸ ਦੇ ਵਿੱਚ ਇਹ ਚੀਜ਼ ਦਾ ਵੀ ਰਿਫੰਡ ਪਾਲਿਸੀ ਨੂੰ ਲੈ ਕੇ ਇਸ਼ੂ ਆ ਰਹੇ ਆ ਉਹ ਵੀ ਜੇ ਤੁਹਾਡੇ ਕੋਈ ਸਵਾਲ ਹੈ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਵੀ ਕਿਸੇ ਕਾਲਜ ਦੇ ਵਿੱਚ ਕਿਸ ਤਰ੍ਹਾਂ ਰਿਫੰਡ ਹੋਊਗਾ ਜਾਂ ਕਿਵੇਂ ਹੈ ਉਸ ਤੋਂ ਬਾਅਦ ਪੁਆਇੰਟ ਆਗੇ ਉਹਨਾਂ ਬੱਚਿਆਂ ਲਈ ਇਨ ਫਿਊਚਰ ਕੀ ਆਪਸ਼ਨ ਹੈ ਬਹੁਤ ਜ਼ਿਆਦਾ ਕਾਫੀ ਕੰਸਲਟੈਂਟਸ ਇਦਾਂ ਦੀ ਚੀਜ਼ ਕਹਿ ਰਹੇ ਆ ਜਾਂ ਮਿਸ ਗਾਈਡੈਂਸ ਕ੍ਰੀਏਟ ਕੀਤੀ ਜਾ ਰਹੀ ਹੈ ਵੀ ਤੁਸੀਂ ਵੈਬ ਫਾਰਮ ਦੇ ਥਰੂ ਉਹਨਾਂ ਨੂੰ ਇਨਕੁਆਰੀ ਪਾ ਦਿਓ ਜਾਂ ਇਦਾਂ ਦੀ ਚੀਜ਼ ਕਰਕੇ ਤੁਹਾਡੀ ਜਿਹੜੀ ਫਾਈਲ ਹੈ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਆਪਸ਼ਨ ਨਹੀਂ ਹੈ ਜਿਹੜੇ ਬੱਚਿਆਂ ਦੀ ਰਿਫਿਊਜ਼ਲ ਆਈ ਹੈ ਉਹਨਾਂ ਨੂੰ ਕਲੀਅਰ ਕੱਟ ਕਿਤੇ ਨਾ ਕਿਤੇ ਮੈਂਸ਼ਨ ਕੀਤਾ ਗਿਆ ਵੀ ਤੁਸੀਂ ਜੇ ਕਰਨਾ ਤਾਂ ਦੁਬਾਰਾ ਰੀਅਪਲਾਈ ਹੋਊਗਾ ਰੀਅਪਲਾਈ ਦੇ ਲਈ ਇਹੀ ਆਪਣੇ ਕੋਲੇ ਵਨ ਐਂਡ ਲਾਸਟ ਇੱਕ ਹੀ ਆਪਸ਼ਨ ਹੈ ਵੀ ਤੁਹਾਨੂੰ ਵੀਜ਼ਾ ਦੁਬਾਰਾ ਰੀਅਪਲਾਈ ਕਰਨਾ ਪਊਗਾ ਤੁਸੀਂ ਜੇ ਕੋਈ ਜ਼ਿਆਦਾ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਹੋ ਸਾਡਾ ਨੰਬਰ ਰੈਗੂਲਰਲੀ ਡਿਸਪਲੇ ਕੀਤਾ ਜਾ ਰਿਹਾ ਹੈਗਾ ਸਾਡਾ ਐਡਰੈਸ ਵੀ ਮੈਂਸ਼ਨ ਕੀਤਾ ਤੁਸੀਂ ਸਾਡੀ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ ਤਾਂ ਤੁਹਾਡੇ ਕੋਲੇ ਜਿਹੜੇ AIP ਤੋਂ ਬੱਚਿਆਂ ਦੀ ਰਿਫਿਊਜ਼ਲ ਆ ਗਈ ਹੈ ਉਹਨਾਂ ਲਈ ਵਨ ਐਂਡ ਲਾਸਟ ਆਪਸ਼ਨ ਇਹੀ ਹੈ ਵੀ ਉਹਨਾਂ ਨੂੰ ਰੀਅਪਲਾਈ ਕਰਨਾ ਪਊਗਾ ਰੀਅਪਲਾਈ ਲਈ ਇੱਕ ਵਾਰੀ ਸਾਰਾ ਤੁਸੀਂ ਆਪਣਾ ਪ੍ਰੋਫਾਈਲ ਦੇਖੋ ਰਿਫਿਊਜ਼ਲ ਦਾ ਕੀ ਰੀਜ਼ਨ ਦਿੱਤਾ ਹੈਗਾ ਜੇ ਤੁਹਾਨੂੰ ਆਪਣੀ ਸਾਰੇ ਪ੍ਰੋਫਾਈਲ ਤੋਂ ਹੀ ਰਿਫਿਊਜ਼ਲ ਕਲੀਅਰ ਹੋ ਰਹੀ ਹੈ ਫਿਰ ਤਾਂ ਤੁਸੀਂ ਸੇਮ ਫਾਈਲ ਨੂੰ ਰੀਫਾਈਲ ਕਰ ਸਕਦੇ ਹੋ ਸਟਰੋਂਗ ਐਸਓਪੀ ਲਾ ਕੇ ਆਪਣਾ ਸਾਰਾ ਮੈਂਸ਼ਨ ਕਰਕੇ ਵੀ ਸਾਨੂੰ ਪਹਿਲਾਂ ਏਆਈਪੀ ਦਿੱਤਾ ਗਿਆ ਸੀ ਅਸੀਂ ਸਟੱਡੀ ਸਟਾਰਟ ਕੀਤੀ ਉਸ ਤੋਂ ਬਾਅਦ ਅਸੀਂ ਇੰਨੇ ਦਿਨ ਦੀ ਸਟੱਡੀ ਸਟੱਡੀ ਕੰਪਲੀਟ ਹੋ ਗਈ ਸੀ ਦੁਬਾਰਾ ਰੀਫਾਈਲ ਕਰੋ ਆਦਰਵਾਈਜ਼ ਜੇ ਤੁਹਾਨੂੰ ਲੱਗ ਰਿਹਾ ਵੀ ਰਿਫਿਊਜ਼ਲ ਦਾ ਰੀਜ਼ਨ ਕਲੀਅਰ ਨਹੀਂ ਹੋ ਰਿਹਾ ਤੁਸੀਂ ਕੇਪਸ ਨੋਟ ਅਪਲਾਈ ਕਰ ਸਕਦੇ ਹੋ ਕੇਪਸ ਨੋਟਸ ਦੇ ਵਿੱਚ ਤੁਹਾਨੂੰ ਫਾਈਲ ਦੇ ਰਿਲੇਟਡ ਸਾਰਾ ਕੁਝ ਕਲੈਰੀਫਿਕੇਸ਼ਨ ਹੋ ਜਾਊਗੀ ਇਨ ਫਿਊਚਰ ਵੀ ਜੇ ਤੁਸੀਂ ਕੈਨੇਡਾ ਦੇ ਰਿਲੇਟਰ ਕੋਈ ਹੋਰ ਇਨਫਰਮੇਸ਼ਨ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੀਆਂ ਵੀਡੀਓਸ ਅਸੀਂ ਅੱਗੇ ਵੀ ਲੈ ਕੇ ਆਉਂਦੇ ਰਾਵਾਂਗੇ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਸਸਿਕਾ